ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇ ਵੈਦਰ ਬੁਲੇਟਨ ਦੇ ਵਿੱਚ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਕੌਰ ਅੱਜ 28 ਅਗਸਤ ਹੈ ਤੇ ਦਿਨ ਸ਼ਨੀਵਾਰ ਹੈ ਅੱਜ ਦੇ ਦਿਨ ਦਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਮੌਸਮ ਵਿਭਾਗ ਦੀ ਖਾਸ ਜਾਣਕਾਰੀ ਦੱਸ ਦਿੰਨੇ ਆ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਅੱਜ ਪੂਰੀ ਪੂਰੀ ਸੰਭਾਵਨਾ ਹੈ ਤੇ ਮੌਸਮ ਵਿਭਾਗ ਦੀ ਸੰਭਾਵਨਾ ਸੱਚ ਵੀ ਹੋਈ ਹੈ ਕਿਉਂਕਿ ਅੱਜ ਸਵੇਰੇ ਸਵੇਰੇ ਚੰਡੀਗੜ੍ਹ ਦੇ ਵਿੱਚ ਤੇ ਮੁਹਾਲੀ ਦੇ ਵਿੱਚ ਸਭ ਤੋਂ ਜ਼ਿਆਦਾ ਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ ਇੱਕਦਮ ਮੀਂਹ ਦਾ ਤੇਜ਼ ਛੜਾਕਾ ਆਇਆ ਹੈਗਾ ਤੇ ਬੱਦਲਵਾਈ ਹੈ ਜਿਹੜੀ ਉਹ ਪੂਰੇ ਪੰਜਾਬ ਆਪ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦੇਖੀ ਜਾ ਰਹੀ ਹੈ ਜਲੰਧਰ ਅਤੇ ਬਠਿੰਡਾ ਵੱਲ ਥੋੜੀ-ਥੋੜੀ ਬਦਲਵਾਈ ਹੈਗੀ ਹੈ ਤੇ ਮੀਂਹ ਪੈਣ ਦੀ ਪੂਰੀ-ਪੂਰੀ ਸੰਭਾਵਨਾ ਹੈ ਤੇ ਇਹਦੇ ਨਾਲ ਮੌਸਮ ਥੋੜਾ ਜਿਹਾ ਠੰਡਾ ਜ਼ਰੂਰ ਹੋਇਆ ਪਰ ਲੋਕ ਮੁੜਕੋ-ਮੁੜਕੀ ਉਸੇ ਤਰ੍ਹਾਂ ਹੋ ਰਹੇ ਨੇ ਪਰ ਮੌਸਮ ਦੇ ਵਿੱਚ ਥੋੜਾ ਜਿਹਾ ਬਦਲਾਅ ਤਾਂ ਆਉਂਦਾ ਹੀ ਹੈ ਬਾਹਰ ਦੇ ਮੌਸਮ ਦੇ ਵਿੱਚ ਪਰ ਜੇ ਤੁਸੀਂ ਕਮਰੇ ਦੇ ਵਿੱਚ ਬੈਠੇ ਹੋ ਤਾਂ ਤੁਹਾਨੂੰ ਉਹੀ ਹਮਸ ਵਾਲੀ ਜਿਹੜੀ ਗਰਮੀ ਹੈ ਹਮਸ ਵਾਲਾ ਵਾਤਾਵਰਣ ਹੈ ਉਹ ਮਹਿਸੂਸ ਹੁੰਦਾ ਰਹੇਗਾ ਤੇ ਬਦਲਵਾਈ ਹੈ ਜਿਹੜੀ ਉਹ ਇਸ ਵਕਤ છਾਈ ਹੋਈ ਹੈ ਪੰਜਾਬ ਦੀ ਗੱਲ ਕਰ ਲਈਏ ਗੁਰਦਾਸਪੁਰ ਜ਼ਿਲ੍ਹੇ ਦੀ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਹੈ ਜਿਹੜਾ ਉਹ ਮੌਸਮ ਵਿਭਾਗ ਨੇ ਦੱਸਿਆ ਹੈ ਉਸ ਤੋਂ ਬਾਅਦ ਨਵਾਂ ਸ਼ਹਿਰ ਲੁਧਿਆਣਾ ਪਠਾਨਕੋਟ ਰੂਪਨਗਰ ਅੰਮ੍ਰਿਤਸਰ ਇਹਨਾਂ ਸਾਰੇ ਜ਼ਿਲ੍ਹਿਆਂ ਦਾ ਜਿਹੜਾ ਤਾਪਮਾਨ ਹੈ ਉਹ ਵੱਧ ਤੋਂ ਵੱਧ 34 ਡਿਗਰੀ ਸੈਲਸੀਅਸ ਦੱਸਿਆ ਗਿਆ ਹੈ ਪਠਾਨਕੋਟ ਦੇ ਵਿੱਚ ਜਿਹੜਾ ਹੈਗਾ ਮੀਂਹ ਦੀ ਥੋੜੀ ਸੰਭਾਵਨਾ ਦੱਸੀ ਗਈ ਹੈਗੀ ਹੈ ਤੇ ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਧੁੱਪ ਵੀ ਨਿਕਲੀ ਰਹੇਗੀ ਤਰਨਤਾਰਨ ਹੁਸ਼ਿਆਰਪੁਰ ਜਲੰਧਰ ਸੰਗਰੂਰ ਬਠਿੰਡਾ ਮਲੇਰਕੋਟਲਾ ਸ਼੍ਰੀ ਫਤਿਗੜ ਸਾਹਿਬ ਕਪੂਰਥਲਾ ਮਾਨਸਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਦਾ ਵੱਦ ਤੋਂ ਵੱਧ ਤਾਪਮਾਨ ਹੈ ਜਿਹੜਾ ਉਹ 36 ਡਿਗਰੀ ਸੈਲਸੀਅਸ ਰਹੇਗਾ ਯਾਨੀ ਗਰਮੀ ਕਾਫੀ ਪਏਗੀ ਪਰ ਫਿਰ ਵੀ ਮੌਸਮ ਵਿਭਾਗ ਦੇ ਮੁਤਾਬਿਕ ਮੀਂਹ ਥੋੜਾ ਪੈਣ ਦੀ ਸੰਭਾਵਨਾ ਹੈਗੀ ਹੈ ਸਾਭ ਜ਼ਿਆਦਾ ਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ ਜਿਹੜਾ ਬਦਲਵਾਈ ਚਾਈ ਰਹੇਗੀ ਵਾਤਵਾਰ ਤਾਪਮਨ 37 ਡਿਗਰੀ ਇੱਥੇ ਤਾਂ ਮੀਂਹ ਪੈ ਵੀ ਚੁੱਕਿਆ ਬਰਨਾਲਾ ਦੇ ਵਿੱਚ ਵੀ 37 ਡਿਗਰੀ ਫਾਜ਼ਿਲਕਾ ਤੇ ਫਿਰੋਜ਼ਪੁਰ ਸਭ ਤੋਂ ਵੱਧ ਗਰਮ ਰਹਿਣ ਵਾਲੇ ਨੇ 38 ਡਿਗਰੀ ਵਾਤਵਾਰ ਸੈਲਸੀਅਸ ਦਰਜ ਕੀਤਾ ਗਿਆ ਹੈ ਪਰ ਜਿਹੜਾ ਮੀਂਹ ਹੈ ਉਹ ਪੂਰੇ ਪੰਜਾਬ ਦੇ ਵਿੱਚ ਪੈ ਸਕਦਾ ਹੈ ਸੋ ਤੁਸੀਂ ਜ਼ਰੂਰ ਦੱਸਿਓ ਕਿਹੜੇ ਕਿਹੜੇ ਥਾਂ ਦੇ ਉੱਤੇ ਤੁਹਾਡੇ ਵੱਲ ਮੀਂਹ ਪਿਆ ਹੈ ਜਾਂ ਨਹੀਂ ਪਿਆ ਹਿਮਾਚਲ ਦੇ ਵਿੱਚ ਜਿਹੜਾ ਕੱਲ੍ਹ ਦੀਆਂ ਖਬਰਾਂ ਦੇ ਵਿੱਚ ਆਪਾਂ ਦੱਸਿਆ ਸੀ ਕਿ ਵੱਡਾ ਇੱਕ ਹਾਦਸਾ ਸਾ ਵਾਪਰਿਆ ਹੈ ਪੁਲ ਟੁੱਟਣ ਦੇ ਕਾਰਨ ਕਈ ਵਾਹਨ ਨੇ ਜਿਹੜੇ ਉਹ ਪਾਣੀ ਦੇ ਵਿੱਚ ਰੁੜ ਗਏ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਸੋ ਉੱਥੇ ਲਗਾਤਾਰ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਹਲੇ ਵੀ ਜਿਹੜਾ ਹੈਗਾ ਸਲਾਹਾਂ ਇਹੀ ਨੇ ਕਿ ਹਲੇ ਪਹਾੜੀ ਪਹਾੜੀ ਇਲਾਕਿਆਂ ਵੱਲ ਨਾ ਜਾਇਆ ਜਾਵੇ ਵੈਦਰ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ